ਬਿਲਕੁਲ, ਜਿੱਦਾਂ ਹੁਣ ਤੁਸੀਂ ਦੱਸਿਆ ਕਿ ਤੁਹਾਡੇ ਤੇ ਬਹੁਤ ਜ਼ਿਆਦਾ ਧਾਰਾਵਾਂ ਲਾਈਆਂ ਗਈਆਂ ਜਿਹੜੀਆਂ ਕਿ ਬੇਬੁਨਿਆਦ ਨੇ, ਔਰ ਪਹਿਲਾਂ 14 ਜੀ ਮੈਂਬਰਾਂ ਦੇ ਉੱਤੇ ਪਰਚਾ ਦਰਜ ਕੀਤਾ, ਉਸ ਤੋਂ ਬਾਅਦ 46 ਬੰਦਿਆਂ ਉੱਤੇ ਪਰਚਾ ਦਰਜ ਕੀਤਾ, ਜਿੱਦਾਂ ਤੁਹਾਡੇ ਘਰਾਂ ਦੀਆਂ ਜੀ ਤਲਾਸ਼ੀਆਂ ਕੀਤੀਆਂ ਗਈਆਂ, ਗੱਦੇ ਵਗੈਰਾ ਅਲਮਾਰੀਆਂ ਖੋਲੀਆਂ ਗਈਆਂ। ਔਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਜੀ ਵੀ ਹਾਂ ਕਿ ਅਸੀਂ ਇਹਨਾਂ ਜਿਹੜੇ ਪੁਲਿਸ ਕਰਮਚਾਰੀ ਜਿਹੜੇ ਸਾਡੇ ਘਰਾਂ ਦੀ ਆ ਕੇ ਜਿਨ੍ਹਾਂ ਤੇ ਪਰਚੇ ਦਰਜ ਹੁੰਦੇ ਆ ਉਹਨਾਂ ਦੀ ਤਲਾਸ਼ੀ ਕਰਦੇ, ਕੀ ਸ਼ਿਓਰਿਟੀ ਹੈ ਕਿ ਉਹ ਖੁਦ ਹੀ ਕੋਈ ਅਸਲਾ ਜਾਂ ਚਿੱਟਾ ਜਾਂ ਕੋਈ ਨਸ਼ਾ ਅੰਦਰ ਰੱਖ ਕੇ ਪਰਚਾ ਨਾ ਦਰਜ ਕਰ ਦੇਣ? ਇਹ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਕਿਉਂਕਿ ਆਪਾਂ ਦੇਖਿਆ ਹੈ 84 ਤੋਂ ਲੈ ਕੇ 95 ਦੇ ਵਿੱਚ ਵੀ ਇਹੀ ਹਾਲਾਤ ਸੀਗੇ, ਇਸੇ ਤਰ੍ਹਾਂ ਹੀ ਝੂਠੇ ਪਰਚੇ ਦਰਜ ਕੀਤੇ ਗਏ, ਇਸੇ ਤਰ੍ਹਾਂ ਹੀ ਲੋਕਾਂ ਨੂੰ ਚੱਕ ਨਾ ਚੱਕ ਕੇ ਕਈ ਮਾਵਾਂ ਨੂੰ ਨਾ ਮਿਲੇ ਨਹੀਂ ਆਪਣੇ ਜੀ ਪੁੱਤ, ਅੱਜ ਤੱਕ ਉਹਨਾਂ ਦੀਆਂ ਲਾਸ਼ਾਂ ਤੱਕ ਕੀ FIR ਤੱਕ ਨਹੀਂ ਪਤਾ ਲੱਗੀਆਂ। ਤੁਹਾਨੂੰ ਲੱਗ ਰਿਹਾ ਕਿ ਇਹ ਜੀ ਦੁਬਾਰਾ ਦੌਰ ਆਮ ਪਾਰਟੀ ਸਰਕਾਰ ਦੇ ਅੰਤਰਗਤ ਹੋ ਰਹੀ ਹੈ, ਇਹਦੇ ਸਿਸਟਮ ਦੇ ਵਿੱਚ ਹੋ ਰਹੀ, ਔਰ ਪੁਲਿਸ ਮਹਿਕਮਾ ਫਿਰ ਉਸੇ ਤਰ੍ਹਾਂ ਹੀ 84 ਤੋਂ ਲੈ ਕੇ 95 ਤੱਕ ਜੋ ਪੁਲਿਸ ਮਹਿਕਮਾ ਕਰਦਾ ਰਿਹਾ ਦੁਬਾਰਾ ਫਿਰ ਐਕਟਿਵ ਹੋ ਗਿਆ ਉਸੇ ਤਰ੍ਹਾਂ। ਕੀ ਕਹਿਣਾ ਚਾਹੋਗੇ? ਜੀ, ਇੱਕ ਮੁਲਾਜ਼ਮ ਦੀ ਮੈਂ ਇੰਟਰਵਿਊ ਦੇਖ ਰਹੀ ਸੀ। ਉਹਦੇ ਵਿੱਚ ਉਹਨੇ ਕਾਫੀ ਖੁਲਾਸੇ ਕੀਤੇ, ਜਿਹਦੇ ਵਿੱਚ ਉਹਨੇ ਕਿਹਾ ਕਿ ਮੇਰੇ ਤੋਂ ਬਹੁਤ ਸਾਰੇ ਜਿਹੜੇ ਨਿਰਦੋਸ਼ਾਂ ਨੂੰ ਸ਼ੂਟ ਕਰਵਾਇਆ ਗਿਆ। ਬਹੁਤ ਇਸ ਤਰ੍ਹਾਂ ਕਈ ਮਤਲਬ ਕਿ ਹੈ ਸਹਿਚਾਰ ਦੇ ਵਿੱਚ, ਜਿਨ੍ਹਾਂ ਤੋਂ ਅਸੀਂ ਰਿਟਾਇਰਡ ਆਫੀਸਰ ਨੇ, ਜਿਨ੍ਹਾਂ ਤੋਂ ਅਸੀਂ ਇਹ ਗੱਲਾਂ ਜਾਣਦੇ ਰਹਿੰਦੇ ਹਾਂ ਕਿ ਉਸ ਟਾਈਮ ਦੇ ਵਿੱਚ, ਉਸ ਦੌਰ ਦੇ ਵਿੱਚ ਕੀ ਹੋਇਆ। ਨਜਾਇਜ਼ ਘਰਾਂ ਦੇ ਵਿੱਚ ਆਪ ਅਸਲਾ ਰੱਖ ਕੇ ਉਹਨਾਂ ਤੇ FIR ਪਾਈਆਂ, ਕੁਛ ਵੀ ਹੋ ਸਕਦਾ। ਇਟ ਮੀਨਸ ਕਿ ਜਿਹੜਾ ਬਿਲਕੁਲ ਬੰਦਾ ਸੱਚ ਦੀ ਆਵਾਜ਼ ਪ੍ਰਮੋਟ ਕਰ ਰਿਹਾ, ਉਹਨੂੰ ਦਬਾਉਣ ਵਾਸਤੇ ਇਹ ਕੁਛ ਵੀ ਕਰ ਸਕਦੇ ਨੇ। ਇਹ ਗੰਦੀ ਰਾਜਨੀਤੀ ਕਿਸੇ ਵੀ ਹੱਦ ਤੱਕ ਜਾ ਸਕਦੀ ਬਿਲਕੁਲ ਹੈ। ਇਹਦੇ ਬਿਲਕੁਲ ਵਿੱਚ ਕੋਈ ਤੁਸੀਂ ਦੋ ਰਾਇਆਂ ਨਹੀਂ ਆ। ਕਿੰਨੇ ਨਿਰਦੋਸ਼ ਮਾਵਾਂ ਦੇ ਪੁੱਤ ਮਾਰੇ ਗਏ, ਕਿੰਨੇ ਨਿਰਦੋਸ਼ ਮਾਵਾਂ ਦੇ ਪੁੱਤ ਘਰਾਂ ਤੋਂ ਬੇਘਰ ਕਰ ਦਿੱਤੇ ਗਏ, ਕਿੰਨੀਆਂ ਮਾਵਾਂ ਜਿਹੜੀਆਂ ਅੱਜ ਵੀ ਆਪਦੇ ਪੁੱਤਾਂ ਨੂੰ ਤਰਸ ਰਹੀਆਂ ਨੇ। ਫਿਰ ਦੇਖੋ, ਸਾਡੇ ਬੰਦੀ ਸਿੰਘ ਆ ਜਿਹੜੇ ਸਾਡੇ ਬੰਦੀ ਸਿੰਘ ਆ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਜਿਹੜੇ ਕ੍ਰਿਮੀਨਲ ਰਿਕਾਰਡ ਸੀ, ਜਿਨ੍ਹਾਂ ਦੇ, ਉਹ ਜੇਲ੍ਹਾਂ ਤੋਂ ਬਾਹਰ ਆ ਗਏ ਨੇ। ਸੋ ਜੇ ਗੱਲ ਅਸੀਂ ਸਮਾਜਿਕ ਪੱਖ ਨੂੰ ਲੈ ਕੇ ਦੇਖੀਏ ਨਾ, ਤੇ ਸਮਾਜਿਕ ਤਾਣਾ ਬਾਣਾ ਹੀ ਇੰਨਾ ਉਲਝਾ ਦਿੱਤਾ, ਜਿਹਦਾ ਮੇਨ ਜੇ ਮਾਸਟਰ ਮਾਈਂਡ ਮੰਨਿਆ ਜਾਵੇ ਨਾ, ਤੇ ਸਾਡੀ ਰਾਜਨੀਤੀ ਸਭ ਤੋਂ ਵੱਡੀ ਮੇਨ ਮਾਸਟਰ ਮਾਈਂਡ ਇਸ ਚੀਜ਼ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਹੈ। ਕਿਉਂਕਿ ਰਾਜਨੀਤੀ ਆ ਜਿਹੜੀ, ਨਾ ਪੁੱਤ ਦੀ ਆ ਨਾ ਧੀ ਦੀ ਆ। ਰਾਜਨੀਤਿਕ ਬੰਦੇ ਨੂੰ ਸਿਰਫ ਆਪਦਾ ਰਾਜਨੀਤਿਕ ਟਾਰਗੇਟ ਪੂਰਾ ਕਰਨਾ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਭਗਵੰਤ ਮਾਨ ਸਾਹਿਬ ਅੱਜ ਜਿਹੜੀ ਫੈਕਟਰੀ ਬਾਰੇ ਇਸ ਤਰ੍ਹਾਂ ਬੋਲ ਰਹੇ ਆ, ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀ, ਉਦੋਂ ਇਹਨਾਂ ਨੇ ਇਹਨਾਂ ਫੈਕਟਰੀਆਂ ਨੂੰ ਕੀ ਕਿਹਾ ਸੀ, ਤੇ ਅੱਜ ਬਿਲਕੁਲ ਅਮਨ ਅਰੋੜਾ ਕੀ ਬਿਆਨ ਦੇ ਰਿਹਾ। ਸੋ ਇਹ ਪਹਿਲਾਂ ਡਿਸਕਸ਼ਨ ਕਰ ਲਿਆ ਕਰਨ, ਇੱਕ ਟੇਬਲ ਟਾਕ ਕਰ ਲਿਆ ਕਰਨ ਆਪਦੇ ਮਤਲਬ ਕਿ ਨੁਮਾਇੰਦਿਆਂ ਦੇ ਨਾਲ, ਆਪਦੇ ਮੰਤਰੀਆਂ ਦੇ ਨਾਲ, ਵੀ ਆ ਬਿਆਨ ਦੇਣਾ ਆ ਨਹੀਂ ਦੇਣਾ। ਫਿਰ ਤੁਸੀਂ ਦੇਖ ਲਓ ਵੀ ਜਲੰਧਰ ਦੇ ਵਿੱਚ ਕੀ ਕੀਤਾ, ਲੋਕਾਂ ਨੂੰ ਘਰਾਂ ਤੋਂ ਬੇਘਰ ਕੀਤਾ ਗਿਆ। ਦੇਖੋ ਨਗਰ ਨਿਗਮ ਆ, ਉਹ ਕੇਸ ਪਾ ਰਹੀ ਆ, ਪੰਜਾਬ ਦਾ ਉਹ ਗੱਲ ਆ, ਚਾਹ ਕੇ ਸੁਪਰੀਮ ਕੋਰਟ ਤੇ ਨਿਬੜਦੀ ਆ। ਉਹ ਪੋਹ ਦੇ ਮਹੀਨੇ ਦੇ ਵਿੱਚ ਅੱਤਿਆਚਾਰ ਨੂੰ ਜੇ ਅਸੀਂ ਦੇਖੀਏ ਨਾ ਭੈਣ ਜੀ, ਚਾਰਾਂ ਪਾਸਿਆਂ ਤੋਂ ਜਿਹੜਾ ਅੱਤਿਆਚਾਰ ਇੰਨਾ ਕੁ ਵੱਧ ਚੁੱਕਿਆ, ਜਿਹਨੇ ਕਿ ਧਰਨਾ ਲਾਉਣਾ ਕੋਈ ਸਾਡਾ ਸ਼ੌਂਕ ਨਹੀਂ ਲੋਕਾਂ ਦਾ। ਕਿਹਦਾ ਜੀ ਕਰਦਾ ਇੰਨੀ ਬਿਲਕੁਲ ਠੰਡ ਦੇ ਵਿੱਚ ਨਿਕਲੇ ਜਾ ਕੇ ਉੱਥੇ ਸੜਕਾਂ ਤੇ ਬੈਠੇ, ਕਿਹਦਾ ਦਿਲ ਕਰਦਾ? ਬਿਲਕੁਲ ਟੀਚਰਾਂ ਦਾ ਦਿਲ ਕਰਦਾ? ਨਹੀਂ। ਅੱਛਾ, ਸਾਡੇ ਨਹੀਂ ਵਰਗਿਆਂ ਦਾ ਦਿਲ ਕਰਦਾ? ਨਹੀਂ। ਡਾਕਟਰਾਂ ਦਾ ਦਿਲ ਕਰਦਾ? ਨਹੀਂ। ਜਿਹੜੀਆਂ ਮਾਵਾਂ ਧਰਨਿਆਂ ਤੇ ਬੈਠੀਆਂ, ਜਿਨ੍ਹਾਂ ਨੇ ਪੁੱਤਾਂ ਦੀਆਂ ਲਾਸ਼ਾਂ ਚੱਕ ਚੱਕ ਕੇ ਸ਼ਮਸ਼ਾਨ ਘਾਟ ਵੱਲ ਵਹਿਣ ਪਾਉਂਦੀਆਂ, ਪਿੱਟਦੀਆਂ ਜਾਂਦੀਆਂ, ਉਹਨਾਂ ਮਾਵਾਂ ਦਾ ਜੀ ਕਰਦਾ ਉਹ ਅਰਥੀਆਂ ਰੱਖ ਕੇ ਚੌਂਕਾਂ ਦੇ ਵਿੱਚ ਰੋਣ ਇਹਨਾਂ ਦੀ ਜਾਨ? ਸੋ ਬਿਲਕੁਲ ਮਜਬੂਰ ਕੀਤਾ ਜਾਂਦਾ ਹੈ। ਦੇਖੋ ਜਿਹੜਾ ਇਹ ਧਰਨਾ ਲਗਾਇਆ ਗਿਆ ਹੈ ਜੀਰਾ ਫੈਕਟਰੀ ਦੇ ਅਗੇਂਸਟ, ਇਹ ਇੱਕ ਇੱਕ ਕੀ ਹਰ ਧਰਨਾ ਚਲੋ ਜੈਨੂਅਨ ਹੁੰਦਾ ਹੈ, ਇਹ ਧਰਨਾ ਤੇ ਮੈਂ ਨਹੀਂ ਹੈ ਕਿ ਹਰ ਪੰਜਾਬ ਦੇ ਘਰ ਵਾਸੀ ਨੂੰ ਹਰ ਪਰਿਵਾਰ ਵਾਲੇ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਔਰ ਪੂਰੀ ਸਪੋਰਟ ਵੀ ਕਰਨੀ ਚਾਹੀਦੀ ਹੈ, ਔਰ ਸਰਕਾਰ ਮੌਜੂਦਾ ਸਰਕਾਰ ਔਰ ਪੁਲਿਸ ਮਹਿਕਮੇ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਡਟ ਕੇ ਮੋਰਚਾ ਵੀ ਲਾਉਣਾ ਚਾਹੀਦਾ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਜਨਤਾ ਨੂੰ ਇਸ ਚੀਜ਼ ਦਾ ਇਫੈਕਟ ਪੈ ਰਿਹਾ ਹੈ? ਲੋਕਾਂ ਨੂੰ ਸਮਝ ਲੱਗ ਰਹੀ ਹੈ ਕਿ ਉਹਨਾਂ ਨੇ ਇਹ 92 ਸੀਟਾਂ ਜਿਨ੍ਹਾਂ ਨੂੰ ਦੇ ਕੇ ਜਿਤਾਇਆ ਹੈ, ਇਹ ਕੀ ਉਹਨਾਂ ਨੂੰ ਕੋਈ ਸੀਟਾਂ ਦਾ ਮੁੱਲ ਮੋੜ ਰਹੇ ਨੇ ਜਿਹੜੀਆਂ ਉਹਨਾਂ ਨੇ ਵੋਟਾਂ ਪਾਈਆਂ ਸੀ?
ਤੁਹਾਨੂੰ ਲੱਗ ਰਿਹਾ ਕਿ ਕੋਈ ਲੋਕਾਂ ਦੀ ਅੱਖਾਂ ਖੁੱਲ ਰਹੀਆਂ, ਕੋਈ ਚਾਨਣ ਮਨਾਰੇ ਹੋ ਰਹੇ ਨੇ ਆ ਧਰਨੇ ਦੇਖ ਕੇ, ਜਾਂ ਅੱਜ ਉਹ ਤੁਹਾਡੇ ਆਪਣੀਆਂ ਧੀਆਂ ਭੈਣਾਂ ਦੇ ਨਾਲ ਜੋ ਇਹ ਬਦਸਲੂਕੀ ਕਰ ਰਹੇ ਨੇ ਉਹਨਾਂ ਵੱਲ ਵੇਖ ਕੇ ਇਹਨਾਂ ਨੂੰ ਕੋਈ ਅਸਰ ਹੋ ਰਿਹਾ? ਦੇਖੋ ਜੀ, ਤੁਸੀਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ, ਜਦੋਂ ਧਾਲੀਵਾਲ ਸਾਹਿਬ ਬੋਲੇ ਸੀ ਨਾ ਕਿ ਸਾਡੇ ਧਰਨੇ ਦੇ ਉੱਤੇ ਆ ਕੇ, ਤੇ ਉਹਨਾਂ ਨੇ ਆਪਦੇ ਪੋਲੀਟੀਕਲ ਤਾਣੇ ਬਾਣੇ ਨੂੰ ਵੀ ਉਭਾਰਿਆ, ਉਹਨਾਂ ਨੇ ਆਪਦੀਆਂ ਖਾਸ ਹਸੀਅਤਾਂ ਬਾਰੇ ਜਾਣੂ ਕਰਵਾਇਆ, ਨਾ ਕਿ ਸਾਡੇ ਧਰਨੇ ਦੀ ਕੋਈ ਗੱਲ ਕੀਤੀ। ਤੇ ਜਾਣ ਲੱਗੇ ਜਦੋਂ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹਾਂ ਕਿ ਜਿਸ ਦਿਨ ਸਾਡੇ ਤੇ FIR ਹੁੰਦੀਆਂ, ਉਦੋਂ ਇੱਕ ਦਿਨ ਪਹਿਲਾਂ ਸਾਡੇ ਧਰਨੇ ਦੇ ਵਿੱਚੋਂ 5 ਨੌਜਵਾਨਾਂ ਨੂੰ ਜਿਹੜਾ ਚੱਕਿਆ ਜਾਂਦਾ, ਜਿਨ੍ਹਾਂ ਤੇ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਵੱਲੋਂ ਬੇਹੱਦ ਜਿਹੜਾ ਤਸ਼ੱਦਦ ਵੀ ਢਾਇਆ ਜਾਂਦਾ, ਉਹ ਬੱਚੇ ਤੁਰਨ ਦੇ ਕਾਬਲ ਨਹੀਂ ਛੱਡੇ ਜਾਂਦੇ। ਜਦੋਂ ਮੈਨੂੰ ਰਾਤ ਨੂੰ 8 ਵਜੇ ਇਹ ਚੀਜ਼ ਦੀ ਖਬਰ ਮਿਲਦੀ ਆ ਕਿ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਚੱਕਿਆ ਗਿਆ, ਭੈਣ ਜੀ ਉਹਨਾਂ ਦਾ ਕਿਤੋਂ ਪਤਾ ਨਹੀਂ ਲੱਗ ਰਿਹਾ, ਤਾਂ ਮੈਂ ਕੁਛ ਵੀਰਾਂ ਨੂੰ ਨਾਲ ਲੈ ਕੇ ਅਸੀਂ ਜੀਰਾ ਠਾਣੀ ਸਦਰ ਗਏ, ਸਿਟੀ ਗਏ, ਅਸੀਂ CI ਸਟਾਫ ਗਏ, ਸਾਨੂੰ ਨਹੀਂ ਪਤਾ ਲੱਗਾ। ਤਾਂ ਬਾਅਦ ਦੇ ਵਿੱਚ ਸਾਨੂੰ ਖਬਰ ਮਿਲੀ ਕਿ ਉਹ ਜਿਹੜਾ ਤਲਵੰਡੀ ਭਾਈ ਠਾਣੇ ਦੇ ਵਿੱਚ ਨੇ, ਤਲਵੰਡੀ ਭਾਈ ਠਾਣੇ ਦੇ ਵਿੱਚ ਅਸੀਂ 2.25 ਘੰਟੇ ਜਿਹੜਾ ਅਸੀਂ ਪ੍ਰਸ਼ਾਸਨ ਤੋਂ ਪੁੱਛਦੇ ਰਹੇ, ਬਿੰਦ ਨੂੰ ਦੱਸਦੇ ਆ, ਝੱਟ ਨੂੰ ਦੱਸਦੇ ਆ, ਬੱਚਿਆਂ ਦੀ ਗੱਡੀ ਉੱਥੇ ਖੜੀ ਹੋਈ ਆ, ਬਟ ਬੱਚਿਆਂ ਦਾ ਕੋਈ ਥਾਹ ਪਤਾ ਨਹੀਂ। ਜਦੋਂ ਮੈਂ ਉੱਥੋਂ ਦੇ ASI ਨੂੰ ਕਾਫੀ ਗਰਮ ਬੋਲੀ, ਮੈਂ ਕਿਹਾ ਵੀ ਦਿਓ ਮੈਨੂੰ ਆਪਣੇ SHO ਦਾ ਨੰਬਰ, ਸਾਡੇ ਬੱਚੇ ਆ ਕਿੱਥੇ ਆ, ਕਿਵੇਂ ਆ, ਕਿਸ ਹਾਲ ਚ ਨੇ, ਸਾਨੂੰ ਕੁਛ ਪਤਾ ਨਹੀਂ। ਤੇ ਆਫਟਰ ਉਸ ਤੋਂ ਬਾਅਦ ਗੱਲ ਇਹ ਸਾਹਮਣੇ ਆਉਂਦੀ ਆ ਕਿ ਸਾਨੂੰ ਤਾਂ ਕੁਛ ਪਤਾ ਹੀ ਨਹੀਂ। ਫਿਰ ਅਸੀਂ ਰੋਡ ਜਾਮ ਕਰਨ ਦੀ ਗੱਲ ਕੀਤੀ, ਤਾਂ ਇਹਨਾਂ ਦੇ ਪ੍ਰਸ਼ਾਸਨ ਦੇ ਹੱਥੀ ਪੈਰੀ ਪੈ ਗਈਆਂ, ਪ੍ਰਾਈਵੇਟ ਗੱਡੀਆਂ ਦੇ ਉੱਤੇ ਬੱਚਿਆਂ ਨੂੰ ਜਿਹੜਾ ਉੱਥੋਂ ਸ਼ਿਫਟ ਕਰਨ ਇਹਨਾਂ ਨੇ ਸ਼ੁਰੂ ਕਰ ਦਿੱਤਾ। ਤੇ ਅਗਲੇ ਦਿਨ ਜਦੋਂ ਮੰਤਰੀ ਸਾਹਿਬ ਆਉਂਦੇ ਨੇ, ਉਸ ਤੋਂ ਪਹਿਲਾਂ ਆਲੀ ਘਰ ਆਫੀਸਰਾਂ ਦੀ ਮੇਰੇ ਨਾਲ ਗੱਲ ਹੁੰਦੀ ਆ ਕਿ ਅਸੀਂ ਬਿਨਾਂ ਸ਼ਰਤ ਤੁਹਾਡੇ 5 ਬੱਚੇ ਰਿਹਾ ਕਰ ਰਹੇ ਹਾਂ, ਪਰ ਭੈਣ ਜੀ ਤੁਸੀਂ ਧਰਨੇ ਦੇ ਵਿੱਚ ਕੁਛ ਅਗੇਂਸਟ ਨਾ ਬੋਲਿਆ ਜੀ। ਢਾਲੀਵਾਲ ਸਾਹਿਬ ਆਉਂਦੇ ਨੇ, ਗੱਲ ਕਰਦੇ ਨੇ ਕਿ ਹਾਂ ਜੀ ਉਹ ਬੱਚੇ ਆ ਜਿਹੜੇ, ਉਹਨਾਂ ਦੇ ਪਰਚੇ ਵਾਪਸ ਲਓ ਤੇ ਬੱਚੇ ਤੁਰੰਤ ਲੈ ਕੇ ਆਓ। ਬੱਚੇ ਧਰਨੇ 'ਚ ਲਿਆਉਣ ਦੀ ਬਜਾਏ ਘਰੋ ਘਰੀ ਛੱਡ ਦਿੱਤੇ ਜਾਂਦੇ ਨੇ, ਨਾਲ ਇਹ ਹਦਾਇਤ ਦਿੱਤੀ ਜਾਂਦੀ ਆ ਕਿ ਤੁਸੀਂ ਧਰਨੇ ਦੇ ਵਿੱਚ ਐਂਟਰੀ ਨਹੀਂ ਕਰਨੀ। ਸੋ ਉਸ ਟਾਈਮ ਤੇ ਢਾਲੀਵਾਲ ਸਾਹਿਬ ਨੇ ਨਾ ਇੱਕ ਗੱਲ ਕਹੀ ਸੀ ਜਿਹੜੀ ਬੜੀ ਮੈਨੂੰ ਲੱਗਦਾ ਚਰਚਾ ਦਾ ਵਿਸ਼ਾ ਬਣੀ ਹੋਈ ਆ। ਢਾਲੀਵਾਲ ਸਾਹਿਬ ਨੇ ਸਾਨੂੰ ਕਿਹਾ ਸੀ ਕਿ ਮੈਂ ਤੁਹਾਡੀ ਬੈਕ ਤੇ ਖੜਾ। ਉਹ ਸਹੀ ਮੈਨੇ ਚ ਬੈਕ ਤੇ ਖੜਨ ਦਾ ਮਤਲਬ ਉਹਨੇ ਦੱਸਿਆ ਸੀ ਵੀ ਅੱਗੇ ਅਸੀਂ ਪਰਚੇ ਦੂਜਿਆਂ ਤੇ ਕੀਤੇ, ਹੁਣ ਤੁਸੀਂ ਬੋਲੀਆਂ, ਹੁਣ FIR ਤੁਹਾਡੇ ਤੇ ਹੋਣਗੀਆਂ। ਸ਼ਾਇਦ ਅਸੀਂ ਸਮਝਣ ਦੇ ਵਿੱਚ ਥੋੜਾ ਜਿਹਾ ਭੁਲੇਖਾ ਕਰ ਗਏ, ਤੇ ਸਭ ਤੋਂ ਵੱਡੀ ਗਲਤੀ ਅੱਜ ਪੰਜਾਬ ਸਰਕਾਰ ਕਰ ਰਹੀ ਹੈ, ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਇਹ ਜਿਹੜੇ 92 ਵਿਧਾਇਕ ਜਿਤਾਏ ਆ ਨਾ, ਇਹ ਲੋਕਾਂ ਨੇ ਬਦਲੇ ਦੀ ਭਾਵਨਾ ਨੂੰ ਜਿਤਾਏ ਸੀ, ਕਿਉਂਕਿ ਜੋ 70 ਸਾਲਾਂ ਤੋਂ ਲੋਕਾਂ ਨੇ ਸੰਤਾਪ ਭੋਗਿਆ ਹੋਇਆ ਸੀ ਨਾ, ਉਹ ਸੰਤਾਪ ਤੋਂ ਬਾਹਰ ਨਿਕਲਣ ਲਈ ਉਹਨਾਂ ਨੇ ਇਹਨਾਂ ਲੋਕਾਂ ਨੂੰ ਜਿਤਾਇਆ ਸੀ। ਪਰ ਅੱਜ ਹਰ ਇਨਸਾਨ ਦੀ ਤੁਸੀਂ ਇਹ ਦੇਖੋ ਕਿ ਜਿਹੜੇ ਇਹਨਾਂ ਦੇ ਹੀ ਵਰਕਰ ਸਹਿਬਾਨ ਨੇ, ਚਾਹੇ ਬਲਾਕ ਸੰਮਤੀ ਚੋਣਾਂ ਨੇ, ਚਾਹੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ, ਇਹ ਵਰਕਰਾਂ ਨੂੰ ਕਹਿ ਰਹੇ ਆ ਕਿ ਹਾਂ ਭਾਈ ਖੜ ਜਾਓ, ਕਹਿੰਦੇ ਨਾ ਅਸੀਂ ਨਹੀਂ ਖੜਨਾ। ਇਹ ਪਾਰਟੀ ਨੂੰ ਇਹ ਸਮਝ ਹੀ ਨਹੀਂ ਆਇਆ ਵੀ ਹਜੇ ਤੱਕ ਗਰਾਊਂਡ ਲੈਵਲ ਤੇ ਆਪਦੀਆਂ ਜੜ੍ਹਾਂ ਨਹੀਂ ਮਾਰ ਸਕੀ, ਜਿੱਡੇ ਜਿੱਡੇ ਇਹਨਾਂ ਨੇ ਕੰਮ ਕਰਤੇ ਆ ਇਹ ਲੋਕਾਂ ਦੇ ਮਨਾਂ ਤੋਂ ਲੈ ਚੁੱਕੇ ਨੇ। ਅੱਜ ਜੀਰਾ ਫੈਕਟਰੀ, ਮਾਲਕਰੋਸ ਫੈਕਟਰੀ ਵੱਲ ਵੇਖ ਕੇ ਹਰ ਇਨਸਾਨ ਇਹਨਾਂ ਨੂੰ ਸਵਾਲ ਕਰ ਰਿਹਾ, ਸਵਾਲ ਕਰਦਾ ਨਜ਼ਰ ਆ ਰਿਹਾ ਕਿ ਹਾਂ ਭਾਈ ਦੱਸੋ ਫੈਕਟਰੀ ਦਾ ਕੀ ਕੀਤਾ, ਉਹ ਫੈਕਟਰੀ ਦਾ ਕੀ ਬਣਿਆ। ਪਰਚੇ ਸਾਡੇ ਤੇ ਅੱਜ ਵੀ ਜਿਉਂਦੇ ਤੇ ਆਉਣੇ, ਕੋਈ ਗੱਲ ਨਹੀਂ, ਮੁਸੀਬਤ ਮਰਦਾਂ ਤੇ ਹੀ ਪੈਂਦੀ ਆਈ ਹੈ ਤੇ ਮਰਦ ਹੀ ਚੱਲਦੇ ਆਏ ਆ, ਕੋਈ ਇਹਦੇ ਨਾਲ ਸਾਨੂੰ ਕੋਈ ਬਹੁਤਾ ਇਫੈਕਟ ਨਹੀਂ ਪੈਂਦਾ ਗਾ। ਪਰ ਇਫੈਕਟ ਇਸ ਚੀਜ਼ ਦਾ ਜ਼ਰੂਰ ਪੈਂਦਾ ਵੀ ਦੂਸਰੀਆਂ ਦੋ ਸਰਕਾਰਾਂ ਮਾੜੀਆਂ ਸੀ, ਜੇ ਤੀਜਾ ਫਰੰਟ ਲੈ ਕੇ ਆਉਂਦਾ ਸੀ ਨਾ ਇਹ ਕੁਛ ਲੋਕਾਂ ਲਈ ਕਰਦੇ, ਜੇ ਆਮ ਬਣ ਕੇ ਆਏ ਸੀ ਨਾ ਤੇ ਆਮ ਲੋਕਾਂ ਦੇ ਦਰਦਾਂ ਨੂੰ ਸਮਝਦੇ। ਜਿਵੇਂ ਕਿ ਹੁਣ ਮਾਲਬਰੋ ਫੈਕਟਰੀ ਲੱਗੀ ਹੋਈ ਆ, ਉਹਦੇ ਨਾਲ ਹੀ ਖੰਡ ਮਿੱਲ ਆ, ਇਹਨਾਂ ਦੀ ਵਾਹ ਵਾਹ ਇਸ ਚੀਜ਼ ਚ ਸੀ, ਇਹ ਖੰਡ ਮਿੱਲ ਚਲਾਉਂਦੇ, ਨਸ਼ਾ ਵੰਡਣ ਵਾਲੀ ਚੀਜ਼ ਨਾ ਚਲਾਉਂਦੇ, ਖੰਡ ਮਿੱਲ, ਸ਼ਰਾਬ ਨੂੰ ਤਾਂ ਇਹ ਨਸ਼ਾ ਹੀ ਨਹੀਂ ਮੰਨਦੇ, ਜਿਹਦੇ ਨਾਲ ਕਾਲਾ ਪੀ ਸੀ ਹੋ ਦੇ ਨਾਲ ਲੀਵਰ ਦਾ ਕੈਂਸਰ ਸਭ ਤੋਂ ਵੱਧ ਹੋ ਰਿਹਾ, ਡਰਿੰਕ ਦੇ ਨਾਲ ਹੋ ਰਿਹਾ, ਇਹਨੂੰ ਨਸ਼ਾ ਹੀ ਨਹੀਂ ਮੰਨਦੇਗੇ। ਸਰਕਾਰ ਕਹਿੰਦੀ ਹੈ ਕਿ ਜਿਹੜੀ ਇਨਕਮ ਸੋਰਸ ਆ ਉਹ ਹੈ ਹੀ ਸ਼ਰਾਬ ਤੋਂ ਮਿਲ ਰਹੇ ਨੇ, ਜਿਹਦੇ ਨਾਲ ਸਾਡਾ ਕਈ ਏਕੜਾ ਜਿਹੜਾ ਜੰਗਲ ਬਰਬਾਦ ਹੋ ਗਿਆ, ਜੰਗਲ ਦੇ ਵਿੱਚ ਰਹਿਣ ਵਾਲੇ ਜਾਨਵਰ ਕੁਛ ਤਾਂ ਮਰ ਗਏ, ਕੁਛ ਇੱਥੋਂ ਭੱਜ ਗਏ। ਅੱਛਾ ਫਿਰ ਇਹ ਫੈਕਟਰੀ ਮਾਈਨਿੰਗ ਵੀ ਕਰ ਰਹੀ ਆ, ਨਾ ਕੋਈ ਇੱਥੇ ਮਾਈਨਿੰਗ ਦਾ ਪਰਚਾ। ਸੋ ਜਿਹੜਾ ਪਾਣੀ ਦਾ ਸੈਂਪਲ
ਅਸੀਂ ਮੂੰਹ ਢੱਕ ਕੇ ਮਾਸਕ ਪਾ ਕੇ ਲੈ ਰਹੇ ਹਾਂ, ਜਿਹਦੇ ਕੋਲੇ ਖੜਨਾ ਅਸੀਂ ਮੁਨਾਸਬ ਨਹੀਂ ਸਮਝਦੇ, ਜਿਹਦੀ ਸਮੈਲਿੰਗ ਇੰਨੀ ਜ਼ਿਆਦਾ, ਉਹਨੂੰ ਕਲੀਨ ਚਿੱਟ ਦਿੱਤੀ ਜਾਂਦੀ ਆ, ਉਹ ਪਾਣੀ ਨੂੰ ਬਿਲਕੁਲ ਕਲੀਅਰ ਕਰ ਦਿੱਤਾ ਜਾਂਦਾ ਕਿ ਇਹ ਪਾਣੀ ਬਹੁਤ ਵਧੀਆ ਜੀ, ਇਹ ਪਾਣੀ ਵਰਤਣ ਜੋਗਾ, ਪੀਣ ਜੋਗਾ, ਸਮਝ ਨਹੀਂ ਆਉਂਦੀ। ਫਿਰ ਸਾਡੀ ਤਾਂ ਇੱਕ ਟੋਕੀ ਗੱਲ ਆ, ਜੇ ਪਾਣੀ ਚੰਗਾ ਤਾਂ ਤੁਸੀਂ 4 ਦਿਨ ਧਰਨੇ ਚ ਬਹਿ ਕੇ ਪਾਣੀ ਪੀ ਲਓ, ਤੇ ਅਸੀਂ ਉੱਠ ਕੇ ਆਪਦੇ ਘਰਾਂ ਨੂੰ ਜਾਂਦੇ। ਕੋਈ ਬਹੁਤੀ ਵੱਡੀ ਲੜਾਈ ਨਹੀਂ, ਕੋਈ ਬਹੁਤਾ ਵੱਡਾ ਇਸ਼ੂ ਵੀ ਨਹੀਂ ਸਾਡਾ। ਜੇ ਇਹ ਧਾਲੀਵਾਲ ਸਾਹਿਬ ਨੂੰ ਵੀ ਇਹੀ ਬੇਨਤੀ ਕੀਤੀ ਗਈ ਸੀ, ਸੀਐਮ ਸਾਹਿਬ ਨੂੰ ਵੀ ਇਹੀ ਕਰਦੇ ਆ ਵੀ ਜੇ ਪਾਣੀ ਚੰਗਾ। ਦੇਖੋ ਕੱਲ ਸਾਨੂੰ ਇੱਕ ਚੀਜ਼ ਹੋਰ ਸਾਹਮਣੇ ਆਈ ਕਿ IG ਸਾਹਿਬ ਨੇ ਇਹ ਗੱਲ ਕਹੀ ਆ ਕਿ ਜਿਹੜਾ ਮੁਲਾਜ਼ਮ ਆ ਉਹਨਾਂ ਲਈ ਪੀਣ ਵਾਲੇ ਚੰਗੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਕਿਉਂ ਬਈ, ਕੀ ਗੱਲ, ਉਹ ਦੋ ਵਾਰੀ ਜੰਮੇ, ਅਸੀਂ ਲੋਕ ਇੱਕ ਵਾਰੀ ਜੰਮੇ ਆ, ਕਿ ਸਾਡੇ ਸਹੀ ਲੋਕਾਂ ਦੀ ਗੱਲ, ਜਾਨ ਕੋਈ ਅਹਿਮੀਅਤ ਨਹੀਂ, ਕੋਈ ਵੈਲਿਊ ਨਹੀਂ। ਸੋ ਇਹ ਜਿਹੜੀਆਂ ਬਿਲਕੁਲ ਚੀਜ਼ਾਂ ਨਾ, ਇਹ ਚੀਜ਼ਾਂ ਬਹੁਤ ਕੁਛ ਦਰਸਾਉਂਦੀਆਂ ਨਜ਼ਰ ਆ ਰਹੀਆਂ। ਹਜੇ ਤਾਂ ਕਹਿੰਦੇ ਅੱਗੇ ਅੱਗੇ ਚੱਲ ਦੇਖੋ ਕੀ ਹੁੰਦਾ। ਸਹੀ ਗੱਲ ਹੈ, ਇਹ ਤੁਹਾਡੀ ਗੱਲ ਨਾਲ ਸਹਿਮਤ ਹੈ ਜੀ। ਦੋਗਲੇ ਚਿਹਰੇ ਇਹਨਾਂ ਦੇ ਸਾਹਮਣੇ ਆ ਗਏ, ਆਮ ਪਾਰਟੀ ਦੇ ਵੀ, ਇਹਨਾਂ ਦੀ ਸੱਤਾ ਦੇ ਵਿੱਚ ਆ ਕੇ, ਤੇ ਜਿਹੜੇ ਪੁਲਿਸ ਮਹਿਕਮੇ ਨੇ ਆਪਣਾ ਦੂਸਰਾ ਚਿਹਰਾ ਵਿਖਾਤਾ ਹੈ, ਦੁਬਾਰਾ ਦੌਰ, ਮੈਂ ਇਹੀ ਕਹੂੰਗੀ ਕਿ 84 ਵਾਲਾ ਦੌਰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ, ਜਨਤਾ ਨੂੰ, ਪੰਜਾਬੀਆਂ ਨੂੰ, ਮਾਵਾਂ ਨੂੰ, ਭੈਣਾਂ ਨੂੰ, ਜਾਂ ਜਿਹੜੇ ਵੀਰ ਨੇ ਇਹਨਾਂ ਚ ਗਲਤਾਨ ਹੋਏ ਪਏ ਨਸ਼ਿਆਂ ਚ, ਜਿਹੜੇ ਆਪਣੇ ਆਪ ਨੂੰ ਇਸ ਨਸ਼ਿਆਂ ਚੋਂ ਬਾਹਰ ਕੱਢਣਾ ਚਾਹੁੰਦੇ ਨੇ, ਕੀ ਮੈਸੇਜ ਕਨਵੇ ਕਰੋਗੇ? ਕੀ ਚਾਹੁੰਦੇ ਹੋ ਕਿ ਉੱਥੇ ਕਿੰਨਾ ਕੁ ਹੋਰ ਇਕੱਠ ਆਵੇ ਤੁਹਾਡੇ ਧਰਨੇ ਦੇ ਵਿੱਚ, ਤੁਹਾਡੇ ਧਰਨੇ ਦੇ ਨਾਲ ਕਿੰਨਾ, ਕਿਸ ਤਰੀਕੇ ਨਾਲ ਲੋਕੀ ਜੁੜਨ, ਤਾਂ ਜੋ ਕਿ ਆਪਾਂ ਸਰਕਾਰ ਉੱਤੇ ਔਰ ਇਸ ਪੁਲਿਸ ਮਹਿਕਮੇ ਦੀਆਂ ਇਹ ਵਧੀਕੀਆਂ ਦੇ ਖਿਲਾਫ ਸਾਰੇ ਡਟ ਕੇ ਖੜ ਸਕੀਏ। ਸੋ ਇੱਥੇ ਦਾ ਮੈਂ ਇੱਕ ਹੀ ਜਨਤਾ ਨੂੰ ਜਿਹੜਾ ਇੱਕ ਹੀ ਮੈਸੇਜ ਦੇਣਾ ਚਾਹੁੰਦੀ ਹਾਂ, ਸਾਰੇ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਹਾਂ, ਮੇਰੀਆਂ ਭੈਣਾਂ ਨੂੰ, ਮਾਵਾਂ ਨੂੰ, ਵੀਰਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਇਹੀ ਗੱਲ ਕਹਿੰਦੀ, ਜਿੰਨੀ ਦੇਰ ਤੱਕ ਤੁਸੀਂ ਆਪਦੀ ਆਹ ਨਹੀਂ ਨਾ ਜਗਾਉਂਦੇ, ਤੁਹਾਡੀ ਜ਼ਮੀਰ ਨਹੀਂ ਜਗਦੀ, ਉਨੀ ਦੇਰ ਤੱਕ ਤੁਸੀਂ ਕੋਈ ਮੁਕਾਮ ਹਾਸਲ ਨਹੀਂ ਕਰ ਸਕਦੇ, ਜ਼ਮੀਰ ਜਗਾਉਣ ਦੀ ਲੋੜ ਆ। ਹਵਾ, ਪਾਣੀ, ਵਾਤਾਵਰਨ, ਧਰਤੀ ਦੀ ਸੰਭਾਲ, ਇਹ ਸਾਡੀਆਂ ਮੁੱਢਲੀਆਂ ਲੋੜਾਂ ਨੇ, ਕਿਉਂਕਿ ਜਦੋਂ ਜਦੋਂ ਵੀ ਇਨਸਾਨ ਨੇ ਕੁਦਰਤ ਦੇ ਨਾਲ ਟੱਕਰ ਲਈ ਆ, ਕੁਦਰਤ ਦੇ ਨਾਲ ਖਿਲਵਾੜ ਕਰਨਾ ਚਾਹਿਆ, ਤੇ ਉਦੋਂ ਮਹਾਭਿਆਨਕ ਜਿਹੜੇ ਜਵਾਲਾਮੁਖੀ ਫਟੇ ਆ। ਤੇ ਇਸੇ ਲਈ ਮੈਂ ਇੱਕ ਗੱਲ ਕਹੂੰਗੀ ਕਿ ਜਾਏ ਅੱਜ ਜੀਰਾ ਫੈਕਟਰੀ ਦੀ ਗੱਲ ਆ ਨਾ, ਚਾਹੇ ਉਹ ਜੀਰਾ ਫੈਕਟਰੀ ਆ, ਚਾਹੇ ਉਹ ਹਮੀਰ ਆ, ਚਾਹੇ ਉਹ ਕਿਤੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਸਾਡੇ ਵਾਤਾਵਰਨ ਦੇ ਨਾਲ ਜਿਹੜਾ ਖਿਲਵਾੜ ਹੋ ਰਿਹਾ, ਮੈਂ ਕਹਿੰਦੀ ਆਵਾਜ਼ ਉਠਾਓ, ਆਵਾਜ਼ ਉਠਾਉਣਾ ਤੁਹਾਡਾ ਰਾਈਟ ਆ, ਤੁਹਾਡਾ ਅਧਿਕਾਰ ਆ, ਤੁਸੀਂ ਬੋਲ ਸਕਦੇ ਹੋ। ਇਹ ਸੋਚੋ ਕਿ ਜੇ ਪਰਚੇ ਹੋ ਗਏ, ਜੇਲ੍ਹਾਂ ਅੰਦਰ ਚਲੇ ਗਏ, ਕੀ ਕਰਾਂਗੇ? ਕਿਉਂਕਿ ਜੇਲ੍ਹਾਂ ਅੰਦਰ ਵੀ ਜਾ ਕੇ ਤੁਸੀਂ ਉਹ ਯੋਧੇ ਬਣ ਕੇ ਬਾਹਰ ਆਓਗੇ, ਜਿਹੜੇ ਉੱਥੇ ਵੀ ਲਹਿਰਾਂ ਚਲਾ ਕੇ ਆਓਗੇ, ਜਿਹੜੇ ਜੇਲ੍ਹਾਂ ਦੇ ਬਿਲਕੁਲ ਅੰਦਰ ਵੀ ਸਮਾਜ ਸੁਧਾਰ ਦੀਆਂ ਗੱਲਾਂ ਕਰਕੇ ਆਓਗੇ। ਕਹਿੰਦੇ ਆ ਨਾ, ਮੈਨੂੰ ਅੱਜ ਯਾਦ ਆ ਰਿਹਾ, ਕਹਿੰਦੇ ਬਾਬਾ ਨਾਨਕ ਜੀ ਨੂੰ ਪਿਆਸ ਲੱਗੀ ਸੀ, ਤੇ ਉਹਨਾਂ ਨੇ ਕਿਹਾ ਵੀ ਜਾ ਮਰਦਾਨਿਆ ਪਾਣੀ ਲੈ ਕੇ ਆ, ਤੇ ਉਹ ਪਾਣੀ ਲੈਣ ਗਿਆ, ਤੇ ਉਹ ਪਿੰਡ ਨੇ ਪਾਣੀ ਪਿਲਾਉਣ ਤੋਂ ਇਨਕਾਰ ਕਰਤਾ, ਤੇ ਬਾਬਾ ਨਾਨਕ ਜੀ ਕਹਿੰਦੇ ਕਹਿੰਦੇ ਭਾਈ ਵੱਸਦੇ ਰਹੋ। ਉਹ ਅਗਲੇ ਪਿੰਡ ਗਏ, ਤੇ ਜਦੋਂ ਅਗਲੇ ਪਿੰਡ ਉਹਨਾਂ ਨੇ ਜਾ ਕੇ ਕਿਹਾ, ਤੇ ਉੱਥੇ ਬੱਚੇ ਜਿਹੜੇ ਉਹ ਪਾਣੀ ਪੀ ਪੀ ਜਾ ਰਹੇ ਸੀ, ਖੁਸ਼ ਸੀ, ਤਾਂ ਉੱਥੋਂ ਪਾਣੀ ਮਿਲਿਆ, ਤੇ ਉਹ ਕਹਿੰਦਾ ਉੱਜੜ ਜਾਓ। ਮਰਦਾਨਾ ਇਹ ਦੇਖ ਕੇ ਹੈਰਾਨ ਹੋਇਆ, ਕਹਿੰਦਾ ਵੀ ਮਹਾਰਾਜ ਇਹ ਕੀ ਕੀਤਾ, ਬਾਬਾ ਜੀ ਤੁਸੀਂ ਇਹ ਕੀ ਕੀਤਾ? ਕਹਿੰਦਾ ਜੇ ਚੰਗੇ ਲੋਕ ਉੱਜੜ ਕੇ ਜਾਣਗੇ ਨਾ, ਉਹ ਜਿੱਥੇ ਵੀ ਜਾਣਗੇ ਉੱਥੇ ਚੰਗੀ ਜਿਹੜੀ ਸਿੱਖਿਆ ਦੇਣਗੇ, ਤੇ ਬਿਲਕੁਲ ਚੰਗਿਆਈ ਦਾ ਜਿਹੜਾ ਪ੍ਰਸਾਰ ਹੋਊਗਾ, ਤੇ ਮਾੜੇ ਆ ਜੇ ਕਿਤੇ ਉਹ ਚਲੇ ਗਏ ਤਾਂ ਉੱਥੇ ਜਾ ਕੇ ਵੀ ਇਹ ਕੁਛ ਕਰਨਗੇ। ਸੋ ਇੱਥੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ, ਮੇਰੇ ਵਰਗੀਆਂ ਜਿਹੜੀਆਂ ਧੀਆਂ ਭੈਣਾਂ ਨੇ, ਆਓ ਉੱਠੋ, ਜਿਨ੍ਹਾਂ ਦੇ ਦਿਲ ਦੇ ਵਿੱਚ ਕੋਈ ਜਜ਼ਬਾ, ਕੁਛ ਕਰ ਗੁਜ਼ਰਨ ਦਾ ਜਨੂੰਨ ਆ। ਦੇਖੋ ਇਹ ਜਿਹੜਾ ਸਰੀਰ ਆ, ਇਹ ਪੰਜ ਭੌਤਿਕ ਸਰੀਰ ਆ, ਮਿੱਟੀ ਨੇ ਮਿੱਟੀ ਚ ਰਲ ਜਾਣਾ, ਇਸ ਦੇਹ ਤੋਂ ਜਿੰਨਾ ਬਿਲਕੁਲ ਕੰਮ ਲਿਆ ਜਾਂਦਾ ਲਓ, ਜੋ ਹੋਣਾ ਬਿਲਕੁਲ ਤੋ ਹੋਈ ਸੀ, ਮਨ ਨਾ ਕੀਜੇ ਆਸ, ਜਿਹੜਾ ਕੁਛ ਹੋਣਾ ਉਹ ਹੋ ਕੇ ਰਹਿਣਾ, ਜਿਵੇਂ ਜਿਵੇਂ ਲਿਖਤ ਤਿਵੇ ਤਿਵਕਾਰ, ਪਰ ਇਹਨਾਂ ਹੁਕਮਰਾਨਾਂ ਤੋਂ ਡਰ ਕੇ ਘਰਾਂ ਦੇ ਵਿੱਚ ਨਾ ਬੈਠੋ,
आओ एक हमला मारे मारो, चंगे समाज की सिरजना करिए, नशियां नू खत्म करिए, बुराइयां नू खत्म करिए, सिस्टम नू ठीक करिए, तां जो साड़ी कोई मां भैन रात बराते भी सड़क किनारे तुरी जाती उन्हों ये डर ना हो वे के कोई तो कुत्ते या मेरी इज्जत नू नोच नोच के खान के साड़ियां धीयां भैन। ये मैसेज देना चाहनी हाँ, आओ एक मंच से सारे इकट्ठे हो, वध तो वध साडे इलाके दे विच आ के साडी सपोर्ट करो, ते जिन्हां नूं ये नहीं पता लग रहा ये इलाका किथे, उन्हां नूं मैं दस देना चाहनी हाँ, जीरा तहसील जीरा जिला फिरोजपुर पिंड रटौर रूही, ते साडा कॉन्टैक्ट नंबर है 88723 2380, 88723 2380, ते साडे नाल कॉन्टैक्ट करो। अज साडे हक लई नहीं, पानी हवा धरती मां दे हक लई आण के खड़ो, तां जो असी साडे गुरु साहिबानां दे अग्गे भी ये चीज नूं जवाब दे होईए कि असी उन्हां दी पढ़ी ते सुनी बाणी दे उत्ते अमल करी कीता। मैम जिदा जिन्हें लोगों से भी जिन्हें अपने तुहाडे मैंबरां दे उत्ते परचे होए आ 46 तुसीं कह रहे हो कि वो परचे हुण जमानतां होईयां होणगियां या कुछ दे खारज होए होणगे, कि उस तो बाद भी वो उत्थे धरने च जा रहे नहीं आ, उन्होंने उस धरने से जाना बंद कर दिता? नहीं जी, बिल्कुल परचे साढ़े खारिज नहीं हुए, जा रहे हैं, चढ़दी कला चा हर सवाल का जवाब भी दे रहे हैं, सारे जिन्हें भी आ साढ़े सारे जा रहे ने, बिल्कुल। ते दूसरा जिदा मैम जिहड़े परचे साढ़े हुए रेस्ट कीते हुए सी उन्हां दी जमानतां करवा के उन्हां नूं बाहर लिया गया, बाकी जिहड़े असीं जा रहे हैं स्टेजां दे उत्तों बोल भी रहे हैं प्रचार भी कर रहे हैं, सो यही तां इह चाहुंदे ने लोग, पर्ची जी, करना कोई ये नहीं कि असि क्रिमिनल हाँ, ती पर्ची कीती इस करके गए सी कि इन्हों नूं डराया जावे, इन्हों दी आवाज नूं दबिया जावे, ये दोबारा मोर्चे च आ ना सकन, पर नहीं, मोर्चा हमेशा चढ़दी कला च रहा, चढ़दी कला च रहूगा, जांदे रहे हैं ते जांदे रहेंगे।